ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ ਦੋਸਤੋ। ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ। ਇੰਪੋਰਟੈਂਟ ਵਲੌਗ ਹੈ ਅੱਜ ਦਾ, ਅਤੇ ਅੱਜ ਦੇ ਵਲੌਗ ਦੇ ਵਿੱਚ ਦੋ ਇੰਪੋਰਟੈਂਟ ਟੋਪਿਕ ਤੁਹਾਡੇ ਨਾਲ ਡਿਸਕਸ ਕਰਨੇ ਆ। ਇੱਕ, ਜੇਕਰ ਤੁਹਾਡਾ ਵੀਜ਼ਾ ਐਕਸਪਾਇਰ ਹੋਣ ਵਾਲਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਦੂਜਾ ਟੋਪਿਕ ਹੈ ਕਿ ਜੇਕਰ ਤੁਸੀਂ ਐਜ਼ ਏ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਗਏ ਹੋ, ਜਾਣ ਵਾਲੇ ਹੋ, ਜਾਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਵੀਡੀਓ ਇੰਪੋਰਟੈਂਟ ਹੋਣ ਵਾਲੀ ਹੈ, ਕਿਉਂਕਿ ਤੁਹਾਡੇ ਵਰਕਿੰਗ ਰਾਈਟਸ ਨੂੰ ਲੈ ਕੇ ਜੋ ਚੇਂਜਸ ਆਏ ਨੇ ਉਸ ਬਾਰੇ ਡਿਸਕਸ਼ਨ ਕਰਨਾ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ। ਮਕਸਦ ਤੁਹਾਡੇ ਸਾਹਮਣੇ ਸਹੀ, ਅਥੈਂਟਿਕ ਅਤੇ ਰਿਐਲਿਟੀ ਰੱਖਣਾ ਹੁੰਦਾ ਹੈ, ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ। ਕੇਪਸ ਨੋਟ SOP ਛਲਪ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ। ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਵੀਡੀਓ ਸ਼ੁਰੂ ਕਰਦੇ ਹਾਂ। ਦੇਖੋ, ਜਦੋਂ ਵੀ ਆਪਾਂ ਕੈਨੇਡਾ ਦੇ ਲਈ, ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵੀਜ਼ਾ ਐਕਸਪਾਇਰ ਹੋਣ ਨੂੰ ਲੈ ਕੇ, ਆ ਵੀਜ਼ਾ ਦੀ ਵੈਲਿਡਿਟੀ ਨੂੰ ਲੈ ਕੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇੱਕ ਭਰਮ ਹੁੰਦਾ ਹੈ, ਉਹ ਭਰਮ ਸਭ ਦਾ ਮੈਂ ਕਲੀਅਰ ਕਰ ਦਵਾਂ ਕਿ ਜੇਕਰ ਤੁਸੀਂ ਸਟੂਡੈਂਟ ਵੀਜ਼ਾ 'ਤੇ ਜਾਂਦੇ ਹੋ ਤਾਂ ਤੁਹਾਡੇ ਪਾਸਪੋਰਟ ਦੇ ਉੱਤੇ ਜਿਹੜੀ ਸਟੈਂਪਿੰਗ ਹੁੰਦੀ ਹੈ ਉਸ ਦੇ ਵਿੱਚ ਵੈਲਿਡਿਟੀ ਕਿੰਨੀ ਹੁੰਦੀ ਹੈ, ਜੇਕਰ ਵਿਜ਼ਟਰ ਟੂਰਿਸਟ ਵੀਜ਼ਾ 'ਤੇ ਜਾਂਦੇ ਹੋ ਤਾਂ ਕਿੰਨੀ ਹੁੰਦੀ ਹੈ, ਜੇਕਰ ਤੁਸੀਂ ਵਰਕ ਪਰਮਿਟ 'ਤੇ ਜਾਂਦੇ ਹੋ ਤਾਂ ਕਿੰਨੀ ਹੁੰਦੀ ਹੈ। ਸੋ ਦੇਖੋ, ਇੱਥੇ ਸਮਝਣ ਦੀ ਗੱਲ ਹੈ, ਜੇਕਰ ਤੁਸੀਂ ਸਟੱਡੀ ਵੀਜ਼ਾ ਦੇ ਕੇਸ ਦੇ ਵਿੱਚ ਕੈਨੇਡਾ ਜਾ ਰਹੇ ਹੋ ਤਾਂ ਤੁਹਾਡਾ ਜਿੰਨਾ ਕੋਰਸ ਦੀ ਲੈਂਥ ਹੈ, ਯਾਨੀ ਕਿ ਜੇਕਰ 2 ਸਾਲ ਦਾ ਕੋਰਸ ਹੈ ਤਾਂ 2 ਸਾਲ ਦਾ ਤੁਹਾਨੂੰ ਸਟੱਡੀ ਪਰਮਿਟ ਜਿਹੜਾ ਉਹ ਇਸ਼ੂ ਹੁੰਦਾ, ਯਾਨੀ ਕਿ 2 ਸਾਲ ਦਾ ਵੀਜ਼ਾ ਤੁਹਾਡੇ ਸਟੈਂਪ ਹੁੰਦਾ ਹੈ। ਜੇਕਰ ਤੁਸੀਂ, ਯਾਨੀ ਸਟੱਡੀ ਦੀ ਲੈਂਥ ਜਿੰਨਾ, ਜੇਕਰ ਤੁਸੀਂ ਵਰਕ ਪਰਮਿਟ 'ਤੇ ਜਾ ਰਹੇ ਹੋ ਤੁਹਾਡੇ ਵਰਕ ਪਰਮਿਟ ਦੀ ਲੈਂਥ ਜਿੰਨਾ ਵੀਜ਼ਾ ਜਿਹੜਾ ਉਹ ਸਟੈਂਪ ਹੋਏਗਾ, ਅਤੇ ਜੇਕਰ ਤੁਸੀਂ ਜਾ ਰਹੇ ਹੋ ਵਿਜ਼ਟਰ ਜਾਂ ਟੂਰਿਜ਼ਮ ਦੇ ਮਾਮਲੇ ਦੇ ਵਿੱਚ ਕੈਨੇਡਾ, ਤਾਂ ਉਸ ਕੇਸ ਦੇ ਵਿੱਚ ਤੁਹਾਡਾ 10 ਸਾਲ ਦਾ, ਮੋਸਟ ਆਫ ਕੇਸਿਸ ਦੇ ਵਿੱਚ 10 ਸਾਲ ਦਾ, ਜਾਂ ਫਿਰ ਤੁਹਾਡੇ ਪਾਸਪੋਰਟ ਦੀ ਜਿੰਨੀ ਵੈਲਿਡਿਟੀ ਹੁੰਦੀ ਹੈ ਉਸ ਵੈਲਿਡਿਟੀ ਦੀ ਐਂਡ ਡੇਟ ਤੱਕ ਜਿਹੜਾ ਉਹ ਤੁਹਾਡਾ ਵੀਜ਼ਾ ਐਕਸਪਾਇਰ ਹੁੰਦਾ ਹੈ। ਸੋ ਇਹ ਸੀਗੀ ਵੀਜ਼ੇ ਦੀ ਵੈਲਿਡਿਟੀ ਨੂੰ ਲੈ ਕੇ। ਹੁਣ ਟੋਪਿਕ ਜਿਹੜਾ ਹੈ ਉਹ ਵੀਜ਼ਾ ਐਕਸਪਾਇਰ ਹੋਣ ਨੂੰ ਲੈ ਕੇ ਹੈ। ਇੱਥੇ ਵਿਜ਼ਟਰ ਦੀ ਵੀ ਗੱਲ ਕਰਨੀ ਹੈ ਅਤੇ ਗੱਲ ਸਟੂਡੈਂਟ ਦੀ ਵੀ ਕਰਨੀ ਹੈ। ਜੇਕਰ ਤੁਹਾਡਾ ਸਟੂਡੈਂਟ ਵੀਜ਼ਾ ਐਕਸਪਾਇਰ ਹੋ ਰਿਹਾ ਹੈ ਤਾਂ ਉਸ ਕੇਸ ਦੇ ਵਿੱਚ ਤੁਹਾਨੂੰ ਦੇਖਣਾ ਇਹ ਹੋਵੇਗਾ, ਜਿਸ ਤਰ੍ਹਾਂ ਹੁਣ ਮੰਨ ਲਿਆ ਮੈਂ ਕਿਉਂ ਟੋਪਿਕ ਕਿਉਂ ਚੂਜ਼ ਕੀਤਾ, ਜੋ ਮੰਨ ਲਿਆ ਕਿਸੇ ਨੇ ਸਪਟੰਬਰ ਇਨਟੇਕ ਦੇ ਲਈ ਫਾਈਲਿੰਗ ਕੀਤੀ ਸੀਗੀ, ਵੀਜ਼ਾ ਉਹਦਾ ਸਪਤੰਬਰ ਇਨਟੇਕ ਲਈ ਆ ਗਿਆ, ਬਟ ਕਾਲਜ ਨੇ ਸੀਟ ਨਹੀਂ ਦਿੱਤੀ, ਉਹਨੇ ਡੈਫਰ ਕਰ ਦਿੱਤਾ ਜਨਵਰੀ ਇਨਟੇਕ ਜਾਂ ਅਗਲੇ ਸਪਤੰਬਰ ਇਨਟੇਕ, ਤਾਂ ਵੀਜ਼ਾ ਤਾਂ ਹੁਣ ਤੋਂ ਸ਼ੁਰੂ ਹੋ ਗਿਆ। ਸੋ ਵੀਜ਼ਾ 'ਤੇ ਸਟੱਡੀ ਖਤਮ ਹੋਣ ਤੋਂ ਪਹਿਲਾਂ ਹੀ ਤੁਹਾਡਾ ਐਕਸਪਾਇਰ ਹੋ ਜਾਣਾ, ਫਿਰ ਉਸ ਕੇਸ ਤੁਹਾਨੂੰ ਕੀ ਕਰਨਾ ਚਾਹੀਦਾ, ਫਿਰ ਉਸ ਕੇਸ ਦੇ ਵਿੱਚ ਤੁਹਾਨੂੰ ਸਟੱਡੀ ਪਰਮਿਟ ਐਕਸਟੈਂਸ਼ਨ ਅਪਲਾਈ ਕਰਨਾ ਹੁੰਦਾ ਹੈ। ਘੱਟ ਤੋਂ ਘੱਟ 3 ਮਹੀਨੇ ਪਹਿਲਾਂ ਇਹ ਸਟੱਡੀ ਪਰਮਿਟ ਐਕਸਟੈਂਸ਼ਨ ਜਿਹੜਾ ਉਹ ਅਪਲਾਈ ਕਰਦਿਆ ਕਰੋ, ਕਿਉਂਕਿ ਕਈ ਵਾਰੀ ਲੇਟ ਹੋ ਜਾਂਦਾ ਹੈ, ਤੁਹਾਨੂੰ ਐਮਬੈਸੀ ਗ੍ਰਾਂਟ ਕਰਨ ਦੇ ਵਿੱਚ ਟਾਈਮ ਲਗਾ ਦਿੰਦੀ ਹੈ। ਜਿਹੜਾ ਸਟੱਡੀ ਪਰਮਿਟ ਤੁਸੀਂ ਐਕਸਟੈਂਸ਼ਨ ਪਾਉਂਦੇ ਹੋ ਉਹਦਾ ਸਕਸੈਸ ਰੇਟ ਲਗਭਗ 100% ਹੁੰਦਾ ਹੈ, ਜੇਕਰ ਵਾਕਈ ਉੱਥੇ ਜਾ ਕੇ ਤੁਸੀਂ ਸਟੱਡੀ ਕਰ ਰਹੇ ਹੋ, ਤੁਹਾਡੇ ਕੋਲ ਟ੍ਰਾਂਜ਼ਿਟਸ ਨੇ ਜਿਹੜੀਆਂ ਕਾਲਜ ਦੀਆਂ, ਜੇਕਰ ਤੁਹਾਡੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਹੈਗੀ ਹੈ, ਤਾਂ ਇਹ ਵੀਜ਼ਾ ਐਕਸਟੈਂਡ ਹੁੰਦਾ ਹੀ ਹੁੰਦਾ ਹੈ। ਇਹ 'ਚ ਰਿਫਿਊਜ਼ਲ ਦੇ ਚਾਂਸਿਸ ਨਾ ਦੇ ਬਰਾਬਰ ਹੁੰਦੇ ਆ। ਸੋ ਜਿਵੇਂ ਮੰਨ ਲਿਆ ਤੁਸੀਂ ਇਸ ਸਪਤੰਬਰ ਇਨਟੇਕ ਲਈ ਫਾਈਲ ਲਗਾਈ ਸੀ, ਤੁਹਾਨੂੰ ਜਨਵਰੀ ਤੋਂ ਸਟੱਡੀ ਤੁਹਾਡੀ ਸ਼ੁਰੂ ਹੋਏਗੀ, ਜਨਵਰੀ ਇਨਟੇਕ 'ਚ ਤੁਸੀਂ ਜਾਣਾ, ਤੁਹਾਡਾ ਵੀਜ਼ਾ ਜਿਹੜਾ 3-4 ਮਹੀਨੇ ਦਾ ਖਰਾਬ ਹੋਣਾ ਹੈ, ਉਹ 3-4 ਮਹੀਨੇ ਜਿਹੜਾ ਐਕਸਟੈਂਡ ਕਰਵਾਉਣਾ ਤੁਸੀਂ ਉਹ ਉਦੋਂ ਕਰਵਾਉਣਾ ਹੈਗਾ ਜਦੋਂ ਤੁਹਾਡਾ ਵੀਜ਼ਾ ਐਕਸਪਾਇਰ ਹੋਣ ਦੇ ਵਿੱਚ 3-4 ਮਹੀਨੇ ਰਹਿ ਜਾਣ। ਸੋ ਇਸ ਗੱਲ ਦੀ ਟੈਨਸ਼ਨ ਨਹੀਂ ਲੈਣੀ ਕਿ ਸਾਡਾ ਵੀਜ਼ਾ ਤਾਂ ਪਹਿਲਾਂ ਐਕਸਪਾਇਰ ਹੋ ਜਾਏਗਾ, ਸਾਡੀ ਸਟੱਡੀ ਲੇਟ ਖਤਮ ਹੋਵੇਗੀ। ਹੁਣ ਧਿਆਨ ਰੱਖਣ ਵਾਲੀ ਗੱਲ ਹੈ, ਜਿਨ੍ਹਾਂ ਨੇ ਵੀ, ਜਿਨ੍ਹਾਂ ਦਾ ਵੀ ਵੀਜ਼ਾ ਐਕਸਪਾਇਰ ਹੋਣ ਵਾਲਾ ਹੈ, ਉਹਨਾਂ ਦੀ ਸਟੱਡੀ ਹਾਲੇ ਲੇਟ ਖਤਮ ਹੋਣੀ ਹੈ, ਉਹ ਆਪਣਾ ਵੀਜ਼ਾ ਐਕਸਟੈਂਡ ਕਰਵਾ ਸਕਦੇ ਆ। ਦੂਜੇ ਕੇਸ ਦੇ ਵਿੱਚ ਜਿਨ੍ਹਾਂ ਨੇ 1 ਸਾਲ ਦੀ ਸਟੱਡੀ ਲਈ ਹੈ, ਉਹ 1 ਸਾਲ ਦੀ ਹੋਰ ਸਟੱਡੀ ਕਰਨਾ ਚਾਹੁੰਦੇ ਹੈ,
ਉਹ ਵੀ ਆਪਣਾ ਵੀਜ਼ਾ ਐਕਸਟੈਂਡ ਕਰਵਾ ਸਕਦੇ ਹੈ ਅਤੇ ਉਹਨਾਂ ਨੂੰ ਵੀ ਨਵੀਂ ਸਟੱਡੀ ਲੈਣਗੇ ਉਹਦੀ ਲੈਂਥ ਦੇ ਹਿਸਾਬ ਦੇ ਨਾਲ ਵੀਜ਼ਾ ਜਿਹੜਾ ਉਹ ਗ੍ਰਾਂਟ ਹੋ ਜਾਵੇਗਾ। ਕਦੇ ਵੀ PGWP ਪੋਸਟ ਗ੍ਰੈਜੂਏਟ ਵਰਕ ਪਰਮਿਟ ਇਹ 'ਚ ਇਨਕਲੂਡ ਨਹੀਂ ਹੁੰਦਾ। ਉਹ ਜਦੋਂ ਤੁਹਾਡਾ ਸਟੱਡੀ ਪਰਮਿਟ ਕਹਿ ਸਕਦਾ ਐਕਸਪਾਇਰ ਹੋਣ ਵਾਲਾ ਹੁੰਦਾ ਹੈ, ਜਦੋਂ ਤੁਹਾਡੀ ਕੋਰਸ ਕੰਪਲੀਟ ਹੋ ਜਾਂਦਾ ਹੈ, ਜਦੋਂ ਤੁਹਾਨੂੰ ਕਾਲਜ ਦੇ ਵੱਲੋਂ ਕੋਰਸ ਕੰਪਲੀਟ ਦਾ ਲੈਟਰ ਮਿਲ ਜਾਂਦਾ ਹੈ, ਉਦੋਂ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਦੇ ਹੋ। ਉਹਦੀ ਵੱਖਰੇ ਤੌਰ ਦੇ ਉੱਤੇ ਲੈਂਥ ਜਿਹੜੀ ਹੈ ਉਹ ਤੁਹਾਨੂੰ 3 ਸਾਲ ਦੀ ਜਾਂ 1 ਸਾਲ ਦੀ ਜਾਂ 2 ਸਾਲ ਦੀ ਜਾਂ ਜਿੱਦਾਂ ਵੀ ਤੁਹਾਡਾ ਕੋਰਸ ਹੈ ਉਹਦੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਮਿਲ ਜਾਂਦੀ ਹੈ। ਇਹ ਸੀਗੀ ਸਟੱਡੀ ਪਰਮਿਟ ਐਕਸਪਾਇਰ ਹੋਣ ਨੂੰ ਲੈ ਕੇ। ਹੁਣ ਆਪਾਂ ਟੂਰਿਸਟ ਜਾਂ ਵਿਜ਼ਟਰ ਕੇਸ ਕਰ ਲੈਂਦੇ ਹਾਂ। ਕਈਆਂ ਨੂੰ ਵਿਜ਼ਟਰ ਜਾਂ ਟੂਰਿਸਟ ਕੇਸ ਦੇ ਵਿੱਚ ਵੀਜ਼ਾ ਲੈਂਥ ਜਿਹੜੀ ਉਹ 2 ਸਾਲ ਜਾਂ 3 ਸਾਲ ਦੀ ਹੀ ਮਿਲਦੀ ਹੈ, ਉਹਨਾਂ ਨੂੰ ਪੂਰੇ 10 ਸਾਲ ਦੀ ਜਾਂ ਉਹਨਾਂ ਦੇ ਪਾਸਪੋਰਟ ਦੀ ਐਂਡ ਵੈਲਿਡਿਟੀ ਤੱਕ ਨਹੀਂ ਮਿਲਦੀ। ਜੇਕਰ ਉਹ ਕੈਨੇਡਾ ਗਏ ਨੇ ਅਤੇ ਵੈਲਿਡ ਸਟੇ ਦੇ ਵਿੱਚ ਆਪਣੇ ਵਾਪਸ ਆ ਗਏ ਨੇ ਤਾਂ ਉਹ ਆਪਣਾ ਵੀਜ਼ਾ ਜਿਹੜਾ ਹੈ ਉਹਨੂੰ ਐਕਸਟੈਂਡ ਕਰਵਾ ਸਕਦੇ ਨੇ। ਦੇਖੋ, 2 ਤਰੀਕੇ ਦੀ ਐਕਸਟੈਂਸ਼ਨ ਆ। ਇੱਕ ਉਹ ਐਕਸਟੈਂਸ਼ਨ ਜਿਹੜੀ ਕੈਨੇਡਾ ਦੇ ਅੰਦਰੋਂ ਰਹਿ ਕੇ ਤੁਸੀਂ ਅਪਲਾਈ ਕਰਨੀ ਹੈ, ਯਾਨੀ ਕਿ ਜੇਕਰ ਤੁਸੀਂ 6 ਮਹੀਨੇ ਤੁਹਾਡਾ ਇੱਕ ਵਾਰੀ ਜਾ ਕੇ ਤੁਸੀਂ 6 ਮਹੀਨੇ ਲਗਾਤਾਰ ਉੱਥੇ ਸਟੇ ਕਰ ਸਕਦੇ, ਜਿੱਦਾਂ 10 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਦਿੱਤਾ ਐਮਬੈਸੀ ਨੇ, ਤਾਂ ਤੁਸੀਂ ਇੱਕ ਵਾਰੀ ਜਾ ਕੇ ਲਗਾਤਾਰ ਉੱਥੇ 6 ਮਹੀਨੇ ਰਹਿ ਸਕਦੇ ਹੋ। 6 ਮਹੀਨੇ ਤੋਂ ਵੱਧ ਟਾਈਮ ਰਹਿਣਾ ਤਾਂ ਉਹਨੂੰ ਐਕਸਟੈਂਸ਼ਨ ਕਹਿੰਦੇ ਆ। ਅਤੇ ਜੇਕਰ ਤੁਸੀਂ ਵੀਜ਼ੇ ਦੀ ਲੈਂਥ ਵਧਾਉਣੀ ਹੈ, ਜਿਵੇਂ ਮੰਨ ਲਿਆ ਤੁਹਾਡਾ 3 ਸਾਲ ਦਾ ਲੱਗਾ, ਤੁਸੀਂ ਉਹਨੂੰ 10 ਸਾਲ ਦਾ ਕਰਾਉਣਾ, ਤਾਂ ਵੀਜ਼ਾ ਐਕਸਪਾਇਰ ਹੋਣ ਤੋਂ 2-3 ਮਹੀਨੇ ਪਹਿਲਾਂ ਕੋਸ਼ਿਸ਼ ਕਰਿਆ ਕਰੋ ਕਿ ਵੈਲਿਡ ਵੀਜ਼ੇ ਦੇ ਵਿੱਚ ਹੀ ਆਪਣਾ ਸਟੇ ਜਿਹੜਾ ਉਹਨੂੰ ਵਧਾ ਲਿਆ ਕਰੋ। ਉਸ ਕੇਸ ਦੇ ਵਿੱਚ ਕੀ ਹੈ ਕਿ ਤੁਹਾਡਾ ਅਪਰੂਵਲ ਜਿਹੜਾ ਉਹ ਆਉਣਾ ਸੌਖਾ ਹੋ ਜਾਂਦਾ ਹੈ। ਹੁਣ ਜਿੱਦਾਂ ਤੁਹਾਡਾ ਵੀਜ਼ਾ ਐਕਸਪਾਇਰ ਹੋ ਰਿਹਾ, ਉਸ ਤੋਂ ਪਹਿਲਾਂ ਤੁਸੀਂ ਆਪਣਾ ਵੀਜ਼ਾ ਜਿਹੜਾ ਹੈ ਉਹ ਅਪਲਾਈ ਕਰ ਦਿਓ, ਨਵਾਂ ਵੀਜ਼ਾ ਜਿਹੜਾ ਉਹ ਆ ਜਾਏਗਾ। ਜੇਕਰ ਪਾਸਪੋਰਟ ਐਕਸਪਾਇਰ ਹੋ ਗਿਆ, ਨਵੇਂ ਪਾਸਪੋਰਟ 'ਤੇ ਅਪਲਾਈ ਕਰੋਗੇ, ਪੁਰਾਣਾ ਪਾਸਪੋਰਟ ਨਾਲ ਜ਼ਰੂਰ ਲਗਾਉਣਾ ਹੈ। ਉੱਥੇ ਵੈਲਿਡ ਸਟੇ ਕੀਤਾ ਤੁਸੀਂ, ਇਸ ਚੀਜ਼ ਦੀ ਐਕਸਪਲੇਨੇਸ਼ਨ ਜ਼ਰੂਰ ਉਹਦੇ ਵਿੱਚ ਦੇਣੀ ਆ। ਉਸ ਤੋਂ ਇਲਾਵਾ ਜੇਕਰ ਤੁਸੀਂ 3 ਸਾਲ ਜਾਂ 2 ਸਾਲ ਦਾ ਹੀ ਪ੍ਰਿੰਟ ਹੋਇਆ ਹੈ ਤਾਂ ਉਸ ਕੇਸ ਦੇ ਵਿੱਚ ਵੀ ਐਕਸਟੈਂਡ ਕਰਾ ਸਕਦੇ ਹੋ। ਉਹਦੇ ਵਿੱਚ ਵੀ ਤੁਸੀਂ ਪ੍ਰੋਪਰ ਐਕਸਪਲੇਨੇਸ਼ਨ ਦੇਣੀ ਹੈ ਕਿ ਅਸੀਂ ਗਏ ਸੀ ਵੈਲਿਡ ਸਟੇ ਤੋਂ ਬਾਅਦ ਵਾਪਸ ਆ ਗਏ ਸੀਗੇ। ਜੇਕਰ ਤੁਹਾਡੇ ਉੱਥੇ ਬੱਚੇ ਨੇ, ਤੁਸੀਂ ਮਾਂ ਪਿਓ ਹੋਏ, ਤਾਂ ਉਸ ਕੇਸ ਦੇ ਵਿੱਚ ਤਾਂ 100% ਹੀ ਇਹ ਜਿਹੜਾ ਉਹ ਅਪਰੂਵਲ ਰੇਟ ਹੁੰਦਾ ਹੈ, ਭਾਵੇਂ ਤੁਸੀਂ ਬੈਲੈਂਸ ਸਰਟੀਫਿਕੇਟ 'ਤੇ ਕਿਉਂ ਨਾ ਇਹਨੂੰ ਅਪਰੂਵ ਕਰਵਾ ਲਓ। ਪਰ ਜੇਕਰ ਤੁਸੀਂ ਟੂਰਿਸਟ ਕੇਸ ਦੇ ਵਿੱਚ ਹੋ ਤਾਂ ਉਸ ਕੇਸ ਦੇ ਵਿੱਚ ਜੇਕਰ ਤੁਹਾਡਾ ਸਟੇ ਓਵਰ ਸਟੇ ਆ ਤਾਂ ਫਿਰ ਉਸ ਕੰਡੀਸ਼ਨ ਦੇ ਵਿੱਚ ਥੋੜ੍ਹਾ ਜਿਹਾ ਔਖਾ ਹੋ ਜਾਂਦਾ, ਨਹੀਂ ਤਾਂ ਮੋਸਟਲੀ ਵੈਸੇ ਅਪਰੂਵਲ ਰੇਟ ਇਹਦਾ ਬਹੁਤ ਅੱਛਾ ਹੁੰਦਾ, 90% ਤੋਂ ਪਲੱਸ ਹੀ ਹੁੰਦਾ। ਇਹ ਸੀਗੀ ਵੀਜ਼ਾ ਐਕਸਪਾਇਰ ਹੋਣ ਨੂੰ ਲੈ ਕੇ ਅਤੇ ਉਹਨੂੰ ਐਕਸਟੈਂਡ ਕਰਵਾਉਣ ਨੂੰ ਲੈ ਕੇ ਅਪਡੇਟ। ਹੁਣ ਦੂਜੀ ਗੱਲ ਕਰਾਂਗੇ ਆਪਾਂ ਕਿ ਜਿਹੜੇ ਵੀ ਬੱਚੇ ਕੈਨੇਡਾ ਗਏ ਹੋਏ ਨੇ ਸਟੱਡੀ ਪਰਮਿਟ ਦੇ ਉੱਤੇ, ਉਹਨਾਂ ਵਾਸਤੇ ਕਿ ਇਸ ਫਾਲ ਤੋਂ, ਯਾਨੀ ਕਿ ਸਪਤੰਬਰ 2024 ਤੋਂ ਜਿਹੜਾ ਆਹ ਵਾਲਾ ਫਾਲ ਹੈ, ਇੱਥੋਂ ਹੁਣ ਉਹਨਾਂ ਦਾ ਜਿਹੜਾ ਵਰਕਿੰਗ ਆਰਸ ਆ ਉਹਨਾਂ ਨੂੰ ਐਕਸਟੈਂਡ ਕਰ ਦਿੱਤਾ ਗਿਆ ਹੈ। 24 ਘੰਟੇ ਤੁਸੀਂ ਆਫ ਕੈਂਪਸ ਕੰਮ ਕਰ ਸਕਦੇ ਹੋ। ਸਕਰੀਨ ਦੇ ਉੱਤੇ ਦੇਖੋ, ਇੱਕ ਮੈਂ ਤੁਹਾਨੂੰ ਚਾਰਟ ਦਿਖਾ ਰਿਹਾ ਸਕਰੀਨ ਦੇ ਉੱਤੇ, ਇਹਦੇ ਵਿੱਚ ਪ੍ਰੋਪਰ ਲਿਖਿਆ ਹੋਇਆ ਵਰਕਿੰਗ ਕੰਡੀਸ਼ਨ ਜਿਹੜੀਆਂ ਨੇ, ਨੰਬਰ ਆਵਰਸ ਜਿਹੜੇ ਪਰ ਵੀਕ ਕਿੰਨੇ ਹੋ ਸਕਦੇ ਨੇ। ਔਨ ਕੈਂਪਸ ਤੁਸੀਂ ਅਨਲਿਮਿਟਡ ਕੰਮ ਕਰ ਸਕਦੇ ਹੋ, ਨਹੀਂ ਕਾਲਜ ਦੇ ਅੰਦਰ ਜੇਕਰ ਤੁਹਾਨੂੰ ਕੰਮ ਮਿਲਦਾ ਜਿੰਨਾ ਮਰਜ਼ੀ ਕਰੋ। ਉਸ ਤੋਂ ਬਾਅਦ ਆਫ ਕੈਂਪਸ ਜਦੋਂ ਤੁਹਾਡੀਆਂ ਕਲਾਸਿਸ ਚੱਲ ਰਹੀਆਂ ਹੋਣ ਸੀਜ਼ਨਲੀ, ਅਤੇ ਹੁਣ ਤੱਕ ਜਿਹੜਾ ਉਹ 20 ਘੰਟੇ ਦਾ ਕੰਮ ਸੀ, ਜਿੰਨਾ ਚਿਰ ਤੱਕ ਆਫਿਸ਼ੀਅਲ ਅਨਾਊਂਸਮੈਂਟ ਨਹੀਂ ਆਉਂਦੀ। ਉਸ ਤੋਂ ਬਾਅਦ ਆਫ ਕੈਂਪਸ ਜਦੋਂ ਤੁਹਾਡੀਆਂ ਕਲਾਸਿਸ ਚੱਲ ਰਹੇਗੇ ਸਟਾਰਟਿੰਗ ਦਿਸ ਫਾਲ, ਯਾਨੀ ਕਿ ਸਪਤੰਬਰ ਦੇ ਫਾਲ ਤੋਂ ਬਾਅਦ ਜਦੋਂ ਹੁਣ ਨੋਟੀਫਿਕੇਸ਼ਨ ਆ ਜਾਵੇਗਾ, ਉਸ ਤੋਂ ਬਾਅਦ 24 ਘੰਟੇ ਕੰਮ ਕਰ ਸਕਦੇ ਹੋ ਤੁਸੀਂ। ਉਸ ਤੋਂ ਬਾਅਦ ਆਫ ਕੈਂਪਸ ਡਿਊਰਿੰਗ ਸਕੂਲ ਬ੍ਰੇਕਸ ਅਨਲਿਮਿਟਡ ਕੰਮ ਕਰ ਸਕਦੇ। ਇਹ ਵੀ ਇੱਕ ਮਿਥ ਹੁੰਦਾ ਹੈ ਕਿ ਭਾਈ ਬ੍ਰੇਕ ਦੇ ਵਿੱਚ ਕੀ ਅਸੀਂ ਫੁੱਲ ਟਾਈਮ ਕੰਮ ਕਰ ਸਕਦੇ, ਬਿਲਕੁਲ ਕਰ ਸਕਦੇ ਹੋ। ਰਿਮੋਟ ਇੰਪਲੋਇਰ ਜੇਕਰ ਤੁਹਾਡਾ ਆਊਟਸਾਈਡ ਕੈਨੇਡਾ, ਜਿਸ ਤਰ੍ਹਾਂ ਕਿਸੇ ਨੇ ਵੀਡੀਓ ਐਡੀਟਿੰਗ ਕਰਨੀ ਹੈ, ਕੋਈ ਕੰਟੈਂਟ ਦਾ ਕੰਮ ਕਰਦਾ ਹੈ, ਹੋਰ ਕੋਈ ਕੰਮ ਕਰਦਾ, ਉਹ ਅਨਲਿਮਿਟਡ ਕੰਮ ਕਰ ਸਕਦਾ। ਸੋ ਉਮੀਦ ਕਰਦਾ ਵਲੌਗ ਪਸੰਦ ਆਇਆ ਹੋਗਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜੇਕਰ ਫਿਰ ਵੀ ਤੁਹਾਨੂੰ ਕੋਈ ਕਨਫਿਊਜ਼ਨ ਹੈ ਤਾਂ ਵਟਸਐਪ ਦਾ ਨੰਬਰ ਦਿੱਤਾ ਉੱਤੇ ਮੈਸੇਜ ਕਰਿਓ, ਅਪੁਆਇੰਟਮੈਂਟ ਲੈ ਲਓ, ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ, ਕੋਸ਼ਿਸ਼ ਕਰਾਂਗਾ ਤੁਹਾਡਾ ਹਰ ਡਾਊਟ ਕਲੀਅਰ ਕੀਤਾ ਜਾਵੇ। ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।